ਚੱਲ ਠੀਕ ਆ ਭਗ ਜਾ ਭੈਣ ਤਾਂ ਜ਼ਰੂਰੀ ਹੈ ਹੀ ਨਹੀਂ ਤੈਨੂੰ ਯਾਰ ਦੋਸਤੀ ਜ਼ਰੂਰੀ ਆ ਲੈ ਤੂੰ ਵੀ ਮੈਨੂੰ ਪਿਆਰੀ ਐਂਦਾ ਹੋਰ ਵੀਰੇ ਹੁਣ ਮੈਂ ਕੀ ਕਰਾਂ ਹੁਣ ਮੈਨੂੰ ਐਂ ਦੱਸ ਹੁਣ ਅਗਲੇ ਨੇ ਬੁਲਾਇਆ ਜਾਣਾ ਤਾਂ ਪਊਗਾ ਹੀ ਦੀਦੀ ਨੂੰ ਕੌਣ ਦੱਸੂਗਾ ਨਾਲੇ ਦੀਦੀ ਨੂੰ ਕਿਹੜਾ ਪਤਾ ਲੱਗਦਾ ਹੈ ਫਿਰ ਵੀ ਥੋੜਾ ਬਹੁਤ ਸੋਚ ਲਓ ਉਹਨਾਂ ਦੇ ਬੇਬੀ ਹੋਣ ਵਾਲਾ ਹੈ ਕੋਈ ਗੱਲ ਨਹੀਂ ਬੇਬੀ ਹੋਣ ਵਾਲਾ ਹੈ ਫਿਰ ਕੀ ਹੋ ਗਿਆ ਜੀਜੂ ਕੀ ਕਰ ਰਹੇ ਹੋ ਓਹੋ ਮੈਨੂੰ ਤਾਂ ਭਲੇਖਾ ਲੱਗ ਗਿਆ ਤੈਨੂੰ ਵੀ ਪਤਾ ਹੈ ਪਰ ਨਹੀਂ ਤਾਂ ਮੈਂ ਤੇਰੇ ਬਿਨਾਂ ਹੁਣ ਨਹੀਂ ਰਹਿ ਸਕਦਾ ਯਾਰ ਯਾਰ ਰਹਿ ਤਾਂ ਮੈਂ ਵੀ ਨਹੀਂ ਸਕਦੀ ਹੁਣ ਤੇ ਬਹੁ ਅੰਦਰ ਹੀ ਬਹਿ ਗਈ ਜਾ ਕੇ ਓ ਭਾਈ ਚਾਹ ਲਿਆ ਦੋ ਓ ਭਾਈ ਚਾਹ ਲਿਆ ਦੋ ਹਲੋ ਬਾਪੂ ਜੀ ਚਾਹ ਲੈ ਭਾਈ ਬਹੁਤ ਟਾਈਮ ਲਾਤਾ ਭਾਈ ਓ ਬਾਪੂ ਜੀ ਮੈਂ ਨਾ ਅੰਦਰ ਪੋਚੇ ਲਾਉਣ ਲੱਗ ਗਈ ਸੀ ਤਾਂ ਕਰਕੇ ਟਾਈਮ ਲੱਗ ਗਿਆ ਓ ਭਾਈ ਮੈਂ ਵੀ ਗਾਂ ਭੋਗ ਤੇ ਜਾਣਾ ਉਹ ਵੀ ਡਿੱਗਦੇ ਹੁਣੇ ਬਾਅਦ ਚ ਤਾਂ ਅਗਲਾ ਬੰਦਾ ਗਿਆ ਓ ਕੀ ਹੋ ਗਿਆ ਪੁੱਤ ਓ ਮਨੀ ਓ ਮਨੀ ਓ ਪਤਾ ਨਹੀਂ ਕੀ ਹੋ ਗਿਆ ਸਿਰਤ ਕੀ ਹੋ ਗਿਆ ਤੈਨੂੰ ਸਿਰਤ ਪੁੱਤ ਠੀਕ ਤਾਂ ਹੈਗੇ ਤੂੰ ਕੁਛ ਨਹੀਂ ਬਾਪੂ ਜੀ ਮੈਨੂੰ ਚਲਾ ਜਾ ਡਾਕਟਰ ਦੇ ਲੈ ਕੇ ਚੱਲਾਂ ਮੈਂ ਓ ਖੜ ਜਾ ਚੱਕਰ ਨਾ ਜੇ ਉਹਨੇ ਪਾ ਦੇ ਇੱਕ ਵਾਰੀ ਪਾਣੀ ਪਿਲਾ ਦੇ ਚੱਲ ਮੈਂ ਲੈ ਜਾਣਾ ਬਾਪੂ ਜਿਆਦਾ ਨਾ ਡਾਊਨ ਹੋ ਜੇ ਆ ਜਾ ਚੱਲ ਛੇਤੀ ਕਰ ਯਾ ਡਾਕਟਰ ਨੂੰ ਫੋਨ ਮਾਰ ਦੇ ਇੱਥੇ ਆ ਜਾਊਗਾ ਘਰੇ ਕਮਲੀ ਕੁਛ ਖਾਂਦੀ ਪਿੰਦੀ ਤਾਂ ਹੈ ਨਹੀਂਗੀ ਅਟਪਲ ਪਟਾ ਲਖਾਈਆਂ ਜਾਂ ਤਲੀਆਂ ਹੋਈਆਂ ਚੀਜ਼ਾਂ ਲੈ ਇੰਨਾ ਟਾਈਮ ਹੋ ਗਿਆ ਹੱਦ ਤੋਂ ਕੋਈ ਨਹੀਂ ਹੈਗੀ ਮੈਨੂੰ ਲੱਗਦਾ ਪਿੱਛੇ ਮੈਨੂੰ ਨਾ ਜਾਣਾ ਪੈ ਜੀ ਕਿਤੇ ਜ਼ਿਆਦਾ ਨਾ ਬਿਮਾਰ ਹੋ ਗਈ ਹੋਵੇ ਸੌਰੀ ਕਿਹੜਾ ਕੁਛ ਖਾਂਦੀ ਪੀਂਦੀ ਹੈ ਲੈ ਆ ਗਏ ਬਹੁਤ ਟਾਈਮ ਲਾਇਆ ਪੁੱਤ ਕੀ ਕਹਿੰਦਾ ਡਾਕਟਰ ਬਾਪੂ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਸਿਰ ਤੇ ਤੂੰ ਅੰਦਰ ਆਰਾਮ ਕਰ ਚਲੋ ਠੀਕ ਹੈ ਜੀ ਬਾਪੂ ਜੀ ਜਦੋਂ ਰੋਟੀ ਖਾਣੀ ਹੋਈ ਮੈਨੂੰ ਦੱਸ ਦਿਓ ਮੈਂ ਲਿਆ ਦੂੰਗੀ ਉਹ ਕੋਈ ਨਾ ਪੁੱਤ ਤੂੰ ਆਰਾਮ ਕਰ ਲੈ ਮੈਂ ਤਾਂ ਸੋਚ ਲੱਗੀ ਬੀਜੀ ਪੁੱਤ ਮੈਂ ਤਾਂ ਬਹੁਤ ਫਿਕਰ ਕਰਨ ਲੱਗ ਰਿਹਾ ਸੀ ਤੁਸੀਂ ਤਾਂ ਟਾਈਮ ਹੀ ਬਹੁਤ ਲਾਤਾ ਉੱਥੇ ਜਾ ਕੇ ਉਹ ਬਾਪੂ ਕੋਈ ਘਬਰਾਉਣ ਵਾਲੀ ਲੋੜ ਨਹੀਂ ਫਿਰ ਗੱਲ ਤਾਂ ਦੱਸ ਆਪਣੇ ਘਰੇ ਖੁਸ਼ੀ ਆਉਣ ਵਾਲੀ ਹੈ ਤੂੰ ਦਾਦਾ ਬਣਨ ਵਾਲਾ ਹੈ ਅੱਛਾ ਹੋਰ ਚਲੋ ਵਧੀਆ ਸੁਣ ਲਈ ਪ੍ਰਮਾਤਮਾ ਨੇ ਜਿਵੇਂ ਆਪਣੀ ਸੁਣੀਆ ਐਵੇਂ ਸਾਰਿਆਂ ਦੀ ਸੁਣੇ ਦੇਖ ਲੈ ਫਿਰ ਬਾਪੂ ਹਨਾ ਚੱਲ ਪੁੱਤ ਬਹੁ ਦੇ ਖਿਆਲ ਰੱਖੀ ਚੱਲ ਕੋਈ ਨਹੀਂ ਮੈਂ ਰਿਪੋਰਟਾਂ ਜੀਆਂ ਲਿਆਵਾਂ ਠੀਕ ਹੈ ਬਾਪੂ ਤੂੰ ਇੰਨੇ ਆਰਾਮ ਰੂਮ ਕਰ ਲੈ ਠੀਕ ਹੈ ਕੋਈ ਨਾ ਚਲੋ ਮਾਲਕ ਨੇ ਇਹ ਵੀ ਵਧੀਆ ਸੁਣ ਲਈ ਨਹੀਂ ਸਾਨੂੰ ਇਹ ਵੀ ਫਿਕਰ ਰਹਿੰਦੀ ਸੀ ਇਸ ਸੱਚੇ ਪਾਤਸ਼ਾਹ ਤੂੰ ਹੀ ਆ ਚਾਹ ਦੀ ਘੁੱਟ ਪੀ ਲਾਂ ਪਹਿਲਾਂ ਤਾਂ ਮੈਂ ਸੱਚੇ ਖਾਣ ਪੀਣ ਦਾ ਵੀ ਨਹੀਂ ਟਾਈਮ ਲੱਗਦਾ ਕੰਮਾਂ ਦੇ ਵਿੱਚ ਮਨ ਕਰ ਚਾਹ ਵੀ ਠੰਡੀ ਪਈ ਹੋਵੇ ਫੋਨ ਕਿਹਦਾ ਆ ਗਿਆ ਹੈ ਮੇਰੀ ਧੀ ਦਾ ਫੋਨ ਹੈਲੋ ਹੈਲੋ ਹਾਂ ਕਿਵੇਂ ਆ ਪੁੱਤ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਪੁੱਤ ਕਿਵੇਂ ਆ ਮੇਰੀ ਧੀ ਨੇ ਕਿਵੇਂ ਫੋਨ ਕਰ ਲਿਆ ਹੋ ਮੰਮੀ ਮੈਂ ਤਾਂ ਠੀਕ ਆ ਮੈਂ ਤਾਂ ਅੱਜ ਡਾਕਟਰ ਕੋਲ ਗਈ ਸੀਗੀ ਅੱਛਾ ਕਿਵੇਂ ਕਿਉਂ ਕੀ ਗੱਲ ਟਿੱਲੀ ਟੁੱਲੀ ਹੋ ਗਈ ਕਿਤੇ ਨਹੀਂ ਨਹੀਂ ਮੰਮੀ ਗੱਲ ਤਾਂ ਖੁਸ਼ੀ ਵਾਲੀ ਆ ਤੁਸੀਂ ਨਾਨੀ ਬਣਨ ਵਾਲੇ ਹੋ ਆਏ ਹਾਏ ਦੇਖ ਲੈ ਬੜੀ ਸੋਹਣੀ ਸੁਣੀ ਰੱਬ ਨੇ ਪੁੱਤ ਹਾਂ ਤੇ ਚੱਲ ਆ ਤਾਂ ਪੁੱਤ ਬਹੁਤ ਖੁਸ਼ੀ ਦੀ ਗੱਲ ਹੈ ਮੈਨੂੰ ਇੰਨੀ ਗੋਡੇ ਗੋਡੇ ਲਾਲੀ ਚੜ ਗਈ ਜਾਣੀ ਦੀ ਇਹ ਗੱਲ ਸੁਣ ਕੇ ਤਾਂ ਤੇ ਪਰਾਉਣਾ ਤਾਂ ਠੀਕ ਆ ਹਾਂਜੀ ਹਾਂਜੀ ਮੰਮੀ ਉਹ ਵੀ ਠੀਕ ਆ ਅੱਛਾ ਮੰਮੀ ਮੈਂ ਤਾਂ ਇਹ ਕਹਿੰਦੀ ਸੀ ਕਿ ਪਰਨੀਤ ਨੂੰ ਆਪਣੇ ਨੂੰ ਛੁੱਟੀਆਂ ਹੀ ਨੇ ਤੁਸੀਂ ਉਹਨੂੰ ਭੇਜ ਦਿੰਦੇ ਲੈ ਪੁੱਤ ਪੁੱਛਣ ਵਾਲੀ ਕੀ ਗੱਲ ਆ ਭੇਜ ਦੂੰਗੀ ਮੈਂ ਉਹਨੂੰ ਇਹ ਕੀ ਗੱਲ ਆ ਹਾਂ ਮੰਮੀ ਇੱਕ ਵਾਰੀ ਫਿਰ ਵੀ ਪਰਨੀਤ ਨੂੰ ਪੁੱਛ ਲਿਓ ਵੀ ਉਹ ਆ ਜੂਗੀ ਓਹੋ ਪਰਨੀਤ ਨੂੰ ਕੀ ਪੁੱਛਣਾ ਪੁੱਤ ਜਦ ਮੈਂ ਹੈਗੀ ਆ ਐਂ ਦੱਸ ਮੈਂ ਜਿਵੇਂ ਕਹੂੰਗੀ ਪਰਨੀਤ ਤਾਂ ਉਹਨੇ ਕਰੂਗੀ ਤੈਨੂੰ ਇਸ ਗੱਲ ਦੀ ਕੀ ਟੈਨਸ਼ਨ ਹੈ ਅਸੀਂ ਛੱਡ ਲਾਂਗੇ ਆ ਕੇ ਠੀਕ ਆ ਮੰਮੀ ਤੁਸੀਂ ਐਂ ਕਰਿਓ ਵੀਰ ਨਾਲ ਭੇਜ ਦਿਓ ਪਰਨੀਤ ਨੂੰ ਆ ਠੀਕ ਆ ਪੁੱਤ ਕੋਈ ਗੱਲ ਨਹੀਂ ਟੈਨਸ਼ਨ ਨਾ ਕਰ ਪਰ ਆਪਦੀ ਧੀਏ ਗੌਰ ਰੱਖੀ ਹਾਂਜੀ ਹਾਂਜੀ ਮੰਮੀ ਕੋਈ ਨਾ ਹਾਂ ਆ ਖਾਣ ਪੀਣ ਦਾ ਮਾੜਾ ਮੋਟਾ ਕੀ ਆ ਤੂੰ ਤਾਂ ਕੁਲਚੇ ਕਲਚੇ ਵੀ ਬਾਹਲੀ ਖਾਂਦੀ ਸੀਗੀ ਤੇ ਘਟਾ ਦੇ ਪੁੱਤ ਖੰਗ ਖੁੰਗ ਹੋ ਜਾਂਦੀ ਹੈ ਅੱਛਾ ਨਾ ਨਾ ਕੋਈ ਨਾ ਮੰਮੀ ਹਾਂ ਠੀਕ ਆ ਪੁੱਤ ਕੋਈ ਗੱਲ ਨਹੀਂ ਮੈਂ ਭੇਜ ਦਿੰਦਾ ਪਰਨੀਤ ਨੂੰ ਤਾਂ ਮੈਂ ਕਰ ਹਾਂ ਠੀਕ ਆ ਪੁੱਤ ਚੰਗਾ ਚੱਲ ਆ ਤਾਂ ਰੱਬ ਨੇ ਬਾਹਲੀ ਸੋਹਣੀ ਸੁਣ ਲਈ ਮੇਰੀ ਮੈਨੂੰ ਤਾਂ ਫਿਕਰ ਸੀ
ਵੀ ਪਿਓ ਵਾਰੀ ਆ ਵਿਚਾਰੀ ਪਰ ਰੱਬ ਸੋਹਣੀ ਸੁਣ ਲੈ ਹੈ ਮਣਾ ਕੋਈ ਨਾ ਮੈਂ ਕਰਦੀ ਹਾਂ ਮੁੰਡੇ ਨਾਲ ਗੱਲ ਚਾਹ ਦੀ ਘੁੱਟ ਪੀ ਲਾ ਲੈ ਆਓ ਆ ਗਿਆ ਸ਼ੁਕਰ ਹੈ ਟਾਈਮ ਨਾਲ ਹੀ ਮੁੜਿਆ ਮੇਰਾ ਪੁੱਤ ਤਾਂ ਮੈਨੂੰ ਤਾਂ ਫਿਕਰ ਸੀ ਮੈਂ ਕਿਹਾ ਨਹੀਂ ਪਤਾ ਅੱਠ ਨੇ ਘਰੇ ਬੜੇ ਕੀ ਹੋ ਗਿਆ ਦੜਕੀ ਦੜਕੀ ਬੇ ਪੁੱਤ ਹੁਣ ਹਵਾਣਾ ਤਾਂ ਕੀ ਹੈ ਆਹ ਤੇਰੀ ਭੈਣ ਦਾ ਫੋਨ ਆਇਆ ਸੀਗਾ ਉਹ ਮਾੜੀ ਜੀ ਢਿੱਲੀ ਮੱਠੀ ਜੀ ਆ ਕਹਿੰਦੀ ਪ੍ਰਨੀਤ ਨੂੰ ਛੱਡ ਕੇ ਜਾਓ ਮੇਰੇ ਕੋਲੇ ਚਾਰ ਦਿਨ ਲਾ ਆਊਗੀ ਚਾਰ ਦਿਨ ਹਾਂ ਮੇਰੀ ਗੱਲ ਸੁਣ ਲਾ ਆਹ ਚੱਕ ਚਾਹ ਦੀ ਘੁੱਟ ਸੁੱਚੀ ਆ ਮੈਂ ਝੂਠੀ ਵੀ ਨਹੀਂ ਕਰੀ ਮੇਰਾ ਪੁੱਤ ਤੂੰ ਚਾਹ ਪੀ ਕੇ ਤੇ ਤੂੰ ਵਗ ਜਾ ਠੀਕ ਹੈ ਮੈਂ ਫੇਰ ਪੀ ਲੂੰਗਾ ਚੱਲ ਕੋਈ ਗੱਲ ਨਹੀਂ ਹਾਂ ਪ੍ਰਨੀਤ ਹਾਂਜੀ ਮੰਮੀ ਬੋਲੋ ਮੈਂ ਤੈਨੂੰ ਐ ਕਹਿੰਦੀ ਆ ਤੂੰ ਭੈਣ ਕੋਲੇ ਜਾ ਉਹ ਢਿੱਲੀ ਆ ਕੀ ਹੋ ਗਿਆ ਉਹਨਾਂ ਨੂੰ ਆ ਚੱਲ ਸੌ ਕੋਈ ਗੱਲਬਾਤ ਹੁੰਦੇ ਪੁੱਤ ਤੈਨੂੰ ਮਾਂ ਨੂੰ ਕੀ ਦੱਸਾਂ ਹਾਂਜੀ ਹੈ ਤੇ ਤੂੰ ਦੇਖ ਵੀਰੇ ਨਾਲ ਜਾ ਤੇ ਉਹਦੇ ਲਈ ਲਾ ਕੇ ਆ ਮਹੀਨਾ ਵੀਦਨ ਠੀਕ ਹੈ ਹਾਂ ਚੱਲ ਚੰਗਾ ਪੁੱਤ ਲੈ ਫੜ ਚਾਹ ਪੀਣੀ ਤੇ ਨਹੀਂ ਨਾ ਮੈਂ ਨਹੀਂ ਪੀਂਦਾ ਚਾਹ ਜੋ ਕਿਉਂ ਕੀ ਗੱਲ ਠੰਡੀ ਤਾਂ ਹੋਈ ਪਈ ਹੈ ਇਹ ਬੇ ਕੀ ਕਰਾਂ ਮੈਂ ਤਾਂ ਆਪ ਪੀਣੀ ਸੀ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਵੀ ਠੰਡੀ ਚਾਹ ਹੈਗੀ ਇਹ ਚੱਲ ਕੋਈ ਨਾ ਤੁਸੀਂ ਗੱਲਾਂ ਕਰੋ ਮੈਂ ਜਾ ਕੇ ਪੈਕਿੰਗ ਕਰ ਲਾਂ ਪੈਕਿੰਗ ਕਰ ਲੈ ਪੁੱਤ ਚੰਗਾ ਜਾਓ ਫਿਰ ਮਾੜਾ ਮੋਟਾ ਗਰਮ ਗੁਰਮਤਾ ਕਰ ਲਿਆ ਕਰੋ ਇਹਨੂੰ ਬੇ ਤੇਰੇ ਤਾਂ ਨਖਰੀ ਵੱਡੇ ਨੇ ਆ ਮੈਂ ਵੀ ਤਾਂ ਜੇ ਮੈਂ ਪੀਂਦੀ ਮੈਂ ਠੰਡੀ ਪੀਂਦੀ ਸਵੇਰ ਦਾ ਨਿਕਲਿਆ ਆ ਗਏ ਤੇ ਹੁਣ ਆ ਕੇ ਬੜਿਆ ਘਰੇ ਫਿਰ ਟਾਈਮ ਨਾਲ ਆ ਜਾ ਕਰ ਤੂੰ ਤਾਂ ਤੜਕੀ ਵਗ ਜਾਣਾ ਆਥਣੇ ਆਉਣਾ ਕਰੇ ਨਾ ਤੈਨੂੰ ਡੰਗਰ ਪਸ਼ੂ ਦਾ ਫਿਕਰ ਹੈਗਾ ਤਾਂ ਭਾਈ ਸਾਰੇ ਕੰਮ ਮੇਰੇ ਗੱਲ ਪਾਤੇ ਜਿਉਂ ਤੇਰਾ ਪਿਓ ਮੁੱਕਿਆ ਨਾ ਮੇਰੀ ਤਾਂ ਜਾਨ ਸੂਲ ਤੇ ਚੜ ਗਈ ਉਹਦੇ ਨਾਲ ਤਾਂ ਮੈਂ ਹੀ ਮੁੱਕ ਜਾਂਦੀ ਚੰਗਾ ਸੀਗਾ ਚੱਲ ਚੰਗਾ ਉਹੀ ਕਿਉਂ ਬੋਲੀ ਜਾਂਦੀ ਇਹਨਾਂ ਵਾਲੇ ਕੁੜੀ ਨੂੰ ਕਹਿ ਦੇ ਤਿਆਰ ਹੋ ਜਾ ਉਹ ਤਾਂ ਤਿਆਰ ਹੋ ਹੀ ਜਾਂਦੀ ਆ ਚੱਲ ਕੋਈ ਨਾ ਮੈਂ ਚਾਹ ਗਰਮ ਕਰਦੀ ਆ ਉਹ ਆ ਜਾ ਕੁੜੀਏ ਅੰਦਰ ਹੀ ਵੜ ਕੇ ਬਹਿ ਜਾਂਦੀਆਂ ਨੇ ਤੈਨੂੰ ਪਤਾ ਹੀ ਆ ਆਪ ਜੇ ਆਪਾਂ ਬੰਦਾ ਸਹੀ ਹੁੰਦਾ ਨਾ ਮੂਹਰੋਂ ਅਗਲਾ ਦੜਕ ਦੇ ਲਿਆ ਮਸ਼ੀਨਰੀ ਮਾਰ ਲੈ ਵਧੀਆ ਘਰ ਚ ਵੀ ਸ਼ਾਂਤੀ ਰਹੂਗੀ ਪਰ ਨਿਕਲ ਜੂਗੀ ਸ਼ਾਂਤੀ ਕੋਈ ਨੀ ਲੈ ਜੂੰਗਾ ਗੇਟ ਵੀ ਲਾ ਕੇ ਰੱਖ ਦੇ ਲੈ ਹੁਣ ਆ ਬੰਦ ਹੋ ਗਈ ਉਤਰ ਕੇ ਵਗ ਜਾ ਜਾਨੀ ਆ ਕਿਵੇਂ ਬੋਲਦਾ ਇੱਥੇ ਨਾ ਬਾਲਾ ਬੋਲੀ ਕਿਤੇ ਤਾਂ ਪਿਆਰ ਨਾਲ ਬੋਲਿਆ ਕਰ ਜਦ ਦੇਖ ਗੁੱਸੇ ਚ ਬੋਲਦਾ ਰਹਿਣਾ ਚੱਲ ਓ ਦੀਦੀ ਜੀ ਦੀ ਸਤਿ ਸ਼੍ਰੀ ਅਕਾਲ ਆ ਗਈ ਪ੍ਰਨੀਤ ਤੂੰ ਹਾਂਜੀ ਮੈਂ ਤਾਂ ਆ ਗਈ ਸਤਿ ਸ਼੍ਰੀ ਅਕਾਲ ਕਿਵੇਂ ਸੇ ਠੀਕ ਆ ਵਧੀਆ ਬਹਿ ਜਾ ਮਿਲ ਲਾ ਬਹਿ ਜਾ ਬਾਈ ਕਿੱਥੇ ਹੈ ਉਹ ਬਾਈ ਨਹੀਂ ਲੱਗਦਾ ਹੈਗਾ ਤੇਰਾ ਉਹ ਜੀਜਾ ਲੱਗਦਾ ਹੈਗਾ ਤੇਰਾ ਉਹ ਅੱਜ ਕੱਲ ਤਾਂ ਬਾਈ ਹੋ ਗਏ ਜਾਂਦੇ ਨੇ ਨਾਲੇ ਭਾਈ ਮੰਗੂਗਾ ਉਹ ਚੱਲ ਦੀਦੀ ਮਾਸਟਰ ਕਿੱਥੇ ਆ ਉਹ ਖੇਤ ਗਏ ਹੋਏ ਨੇ ਤੇ ਤੇਰੇ ਜੀਜੂ ਮਾਰਕੀਟ ਗਏ ਹੋਏ ਨੇ ਅੱਛਾ ਚੱਲ ਤੁਸੀਂ ਬੈਠੋ ਮੈਂ ਚਾਹ ਬਣਾ ਕੇ ਲਿਆਉਣੀ ਆ ਨਾ ਚਾਹ ਨਹੀਂ ਪੀਂਦਾ ਭੈਣੇ ਮੈਂ ਕਿਉਂ ਨਹੀਂ ਪੀਣੀ ਚਾਹ ਤੂੰ ਮੈਂ ਯਾਰ ਦੋਸਤ ਦੀ ਪਾਰਟੀ ਉੱਥੇ ਜਾ ਕੇ ਆਉਣਾ ਆ ਦੇਖ ਲਾ ਜਦੋਂ ਵੀ ਆਉਣਾ ਨਾ ਤੈਨੂੰ ਕੋਈ ਨਾ ਕੋਈ ਕੰਮ ਹੁੰਦਾ ਹੀ ਆ ਕਦੇ ਭੈਣ ਕੋਲ ਵੀ ਆ ਜਾ ਕਰ ਤੂੰ ਬੁਲਾਉਣੀ ਆ ਉਸੇ ਟਾਈਮ ਹੈ ਜਦੋਂ ਮੈਨੂੰ ਕੰਮ ਹੁੰਦਾ ਤੈਨੂੰ ਤਾਂ ਰੋਜ਼ ਹੀ ਕੰਮ ਹੁੰਦੇ ਨੇ ਕਿੱਥੇ ਜਾਣਾ ਤੂੰ ਮੈਨੂੰ ਦੱਸ ਇਹ ਮੈਂ ਕਹਿਣ ਤਾਂ ਲੱਗ ਰਿਹਾ ਯਾਰ ਦੋਸਤ ਦੀ ਪਾਰਟੀ ਹੈ ਚੱਲ ਠੀਕ ਆ ਵਗ ਜਾ ਭੈਣ ਤਾਂ ਜ਼ਰੂਰੀ ਹੈ ਹੀ ਨਹੀਂ ਤੈਨੂੰ ਯਾਰ ਦੋਸਤੀ ਜ਼ਰੂਰੀ ਆ ਲੈ ਤੂੰ ਵੀ ਮੈਨੂੰ ਪਿਆਰੀ ਐਂਦਾ ਹੋਰ ਵੀਰੇ ਹੁਣ ਮੈਂ ਕੀ ਕਰਾਂ ਹੁਣ ਮੈਨੂੰ ਐਂ ਦੱਸ ਹੁਣ ਅਗਲੇ ਨੇ ਬੁਲਾਇਆ ਜਾਣਾ ਤਾਂ ਪਊਗਾ ਹੀ ਚੱਲ ਕੋਈ ਨਾ ਫਿਰ ਮਾਰ ਜੀ ਗੇੜਾ ਨਲ ਪਨੀ ਕੋਈ ਗੱਲ ਨਹੀਂ ਮੈਂ ਫੇਰ ਗੇੜਾ ਮਾਰ ਦੂੰਗਾ ਹੈ ਇਸ ਵਾਰ ਮੈਨੂੰ ਬਖਸ਼ ਦੇ ਚੰਗਾ ਠੀਕ ਹੈ ਮੇਰੀ ਕੁੜੀ ਦਾ ਧਿਆਨ ਰੱਖੀ ਕੋਈ ਨਾ ਕੋਈ ਨਾ ਅੱਗ ਸਵਾ ਬਹੁ ਖਾਂਦੀ ਹੈ ਉਹ ਕੋਈ ਨਾ ਲੜੀ ਜਾਇਆ ਕਰ ਤੁਸੀਂ ਸਾਰਾ ਦਿਨ ਦੇਖੀ ਕਿਵੇਂ ਬੋਲ ਕੇ ਜਾਂਦਾ ਮੈਨੂੰ ਇਹ ਤਾਂ ਇਹੋ ਜਿਹਾ ਹੀ ਆ ਹੋਰ ਮੰਮੀ ਠੀਕ ਸੀ ਉੱਥੇ ਹਾਂ ਮੰਮੀ ਠੀਕ ਤੁਹਾਨੂੰ ਕੀ ਹੋ ਗਿਆ ਤੇ ਮੰਮੀ ਕਹਿੰਦੀ ਬਿਮਾਰ ਹੋ ਗਈ ਉਹ ਬਿਮਾਰ ਨਹੀਂ ਤੂੰ ਮਾਸੀ ਬਣਨ ਵਾਲੀ ਆ ਹਰ ਵਾਰ ਸਮਝ ਨਹੀਂ ਆਈ ਮੈਂ ਖੁਸ਼ ਹੋਵਾਂ ਕਿ ਦੁਖੀ ਹੋਵਾਂ ਕਿਉਂ ਲੈ ਮੈਨੂੰ ਤਾਂ ਮੰਮੀ ਨੇ ਡਰਾਤਾ ਵੀ ਤੇਰੀ ਭੈਣ ਬਿਮਾਰ ਹੋ ਗਈ ਉਹ ਮੰਮੀ ਨੇ ਤੈਨੂੰ ਵੀਰੇ ਕਰਕੇ ਨਹੀਂ ਦੱਸਿਆ ਹੋਣਾ ਹੈਗਾ ਤੂੰ ਮਾਸੀ ਬਣਨ ਵਾਲੀ ਆ ਤੇ ਹੁਣ ਤੂੰ ਮੇਰਾ ਖਿਆਲ ਰੱਖੇਂਗੀ ਮੈਂ ਤਾਂ ਬਸ ਆਰਾਮ ਕਰਿਆ ਕਰੂੰ ਉਹ ਤਾਂ ਮੈਂ ਰੱਖਣੇ ਆ ਬਸ ਤੁਹਾਨੂੰ ਜਿਹੜੀ ਵੀ ਚੀਜ਼ ਦੀ ਜ਼ਰੂਰਤ ਹੋਗੀ ਮੈਨੂੰ ਦੱਸ ਦਿਆ ਕਰੇ ਉੱਥੇ ਹੋਣਾ ਠੀਕ ਹੈ ਬਸ ਕੋਈ ਨਾ ਚੱਲ ਹੁਣ ਤੂੰ ਐਂ ਕਰ ਤੂੰ ਅੰਦਰ ਜਾ ਕੇ ਕੱਪੜੇ ਕੁਪੜੇ ਚੇਂਜ ਕਰ ਲੈ ਮੈਂ ਤੇਰੇ ਵਾਸਤੇ ਚਾਹ ਚੁ ਬਣਾਉਣੀ ਆ ਨਹੀਂ ਕੋਈ ਨਹੀਂ ਚਾਹ ਮੈਂ ਆਪਣਾ ਤੁਸੀਂ ਪੈ ਜਾਓ ਮੈਂ ਆ ਕੇ ਕੱਪੜਾ ਕਰ ਲੈਣੀ ਆ ਆਪਣੀ ਚੇਂਜ ਹਾਂ ਚੱਲ ਐਂ ਕਰ ਲੈ ਹਾਂਜੀ ਕਿੰਨੀ ਚੰਗੀ ਆ ਮੇਰੀ ਭੈਣ ਕਿੰਨਾ ਖਿਆਲ ਰੱਖਦੀ ਆ ਮੇਰਾ ਪਹਿਲੇ ਬੋਲ ਤੇ ਕਹਿਣ ਤੇ ਆ ਗਈ ਨਹੀਂ ਭੈਣਾਂ ਹੁੰਦੀਆਂ ਨੇ ਅਗਲੇ ਕਹਿੰਦੇ ਅਸੀਂ ਕੀ ਲੈਣਾ ਗਾ ਚੱਲ ਰੱਬਾ ਬਹੁਤ ਵਧੀਆ ਭੈਣ ਦਿੱਤੀ ਆ ਤੂੰ ਮੈਨੂੰ
यार मैं तो सीरत नूं दवाई भी पुछनी सी, मैं तो वह भी नहीं पुछी अजे तक। देख लै साली साहब आ रहे ने। ਸਤਿ ਸ਼੍ਰੀ ਅਕਾਲ ਸਾਲੀ ਸਾਹਿਬਾ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਨੇ? ਮੈਂ ਵਧੀਆ, ਤੁਸੀਂ ਦੱਸੋ? ਵਧੀਆ ਵਧੀਆ। ਕਦੋਂ ਆਏ ਸੀਗੇ? ਮੈਂ ਘੰਟੇ ਪਹਿਲਾਂ ਹੀ ਆਈ ਆ, ਜਸਵੀਰਾ ਛੱਡ ਕੇ ਗਿਆ ਮੈਨੂੰ। ਲੈ ਲੈ, ਉਹਨੂੰ ਛੱਡਣ ਦੀ ਕੀ ਲੋੜ ਸੀ, ਮੈਂ ਲਿਆਉਂਦਾ। ਉਹ ਕੋਈ ਨਹੀਂ, ਉਹ ਦੀਦੀ ਨੇ ਨਾ ਜਲਦੀ ਜਲਦੀ ਫੋਨ ਕੀਤਾ, ਫਿਰ ਉਹ ਮੰਮੀ ਕਹਿੰਦੀ ਵੀ ਵੀਰਾ ਛੱਡ ਆਊਗਾ। ਮੈਂ ਵੀ ਖੇਚਲਾ ਕਰੀ। ਆ ਕੋਈ ਨਹੀਂ। ਹੋਰ ਤੇਰੀ ਦੀਦੀ ਕਰ ਰਹੀ ਹੈ? ਉਹ ਨਾ ਅੰਦਰ ਰੈਸਟ ਕਰ ਰਹੇ ਨੇ ਕਿ ਉਹਨਾਂ ਨੂੰ ਦਵਾਈ ਦਵੂਈ ਦੇ ਆਓ ਤੁਸੀਂ। हां सच में दवाई भी पूछनी थी, चल मैं पूछ के आना। ठीक है, मैं आ गया फिर। सीरत सीरत। हां जी। आराम कर रही थी? ठीक है। हम तो रोटी खा ली तुसी? हां हां मैं खा ली थी, दवाई दवूई ले ली टाइम नाल। चल यार आता वधिया सुन लिया है ना परमात्मा ने, है ना। सच्ची इन्ने टाइम बाद खुशियां आईयां ने यार, सच्ची अज दा बहुत जी लग रहा। मैं ता पार्टी करके आया यारां दोस्तां लई भी। अच्छा होर? चलो वधिया, मम्मी भी बहुत खुश है, इधरों बापू भी बहुत खुश है। होर वधिया, चल मैं कहना इदी खुशियां आई रहन कर चना, पहला भी बहुत परेशानी आईयां ने सच्ची। चलो कोई ना, हुण ता निक्की जी जान अपने घर आजो, फिर ता खुशियां खुशियां आणगे। हां हां ये ता है सच्ची। बाकी वधिया होया परनीत आ गई? ਨਹੀਂ ਆਪਣੇ ਘਰ ਦੇ ਕੰਮਾਂ ਦਾ ਬਹੁਤ ਔਖ ਹੋ ਜਾਣਾ ਸੀ। ਹਾਂ ਚਲ ਉਹ ਸਾਂਭ ਲੂਗੀ ਹੁਣ, ਬਾਕੀ ਕੁੜੀ ਸਮਝਦਾਰ ਹੈ ਸਿਆਣੀ ਹੈ ਹਨਾ। ਚਲ ਜਦੋਂ ਕਿਸੇ ਚੀਜ਼ ਦੀ ਲੋੜ ਹੋਈ ਨਾ ਤਾਂ ਤੁਸੀਂ ਲਿਆ ਦਿਓ ਉਹਨੂੰ। ਹਾਂ ਮੈਂ ਕੋਈ ਨਹੀਂ ਲਿਆ ਦਿਆ ਕਰੂੰਗਾ, ਤਾਂ ਕੋਈ ਚੱਕਰ ਨਹੀਂ ਹੈਗਾ, ਤੁਸੀਂ ਬਸ ਰੈਸਟ ਕਰੋ ਵੱਧ ਤੋਂ ਵੱਧ। ਠੀਕ ਹੈ ਨਾ? ਠੀਕ ਹੈ। ਤੇ ਡਾਕਟਰ ਤੋਂ ਦਵਾਈਆਂ ਫੜ ਲਿਆ ਸੀ? ਹਾਂ ਮੈਂ ਦਵਾਈਆਂ ਲੈ ਆਇਆ ਸੀਗਾ, ਤੇ ਮੈਂ ਕਰ ਆਇਆ ਸੀ ਗੱਲਬਾਤ ਸਾਰੀ, ਤੇ ਉਹ ਦੁਬਾਰਾ ਬੁਲਾਊਗਾ, ਚਲ ਮੈਂ ਉਦੋਂ ਦੱਸ ਦੂੰਗਾ। ਠੀਕ ਹੈ? ਹਾਂ ਠੀਕ। ਹਾਂ ਤੇ ਹੁਣ ਤੁਸੀਂ ਰੈਸਟ ਕਰ ਲਓ। ਠੀਕ ਹੈ? ਠੀਕ ਹੈ। ਮੈਂ ਜਾ ਮੋੜਾ ਜਾ। ਜੀਜੂ ਕੀ ਕਰ ਰਹੇ ਹੋ? ਓਹੋ ਮੈਨੂੰ ਤਾਂ ਭੁਲੇਖਾ ਲੱਗ ਗਿਆ, ਮੈਨੂੰ ਲੱਗਿਆ ਤੇਰੀ ਭੈਣ ਖੜੀ ਹੈਗੀ, ਉਹਦੇ ਵੀ ਇਹੋ ਜਿਹਾ ਸੂਟ ਹੈ ਨਾ? ਉਹ ਉਸ ਤਰ੍ਹਾਂ ਸੇਮ ਸੇਮ ਸੂਟ ਸਵਾਏ ਸੀਗੇ। ਚਲੋ ਕੋਈ ਨੀ, ਹੁਣ ਜਿੱਤ ਸਾਲੀ ਨਾਲ ਇੰਨਾ ਕੁ ਮਜ਼ਾਕ ਤਾਂ ਚੱਲਦਾ ਹੀ ਆ। ਤਾਂ ਚੱਲੇ ਜਾਂਦੇ ਫਿਰ ਵੀ ਸਾਲੀ ਸੇਵਾ ਲੱਗਦਾ ਤੁਸੀਂ। ਹਾਂਜੀ ਚਲ ਤੁਸੀਂ ਆਪਣਾ ਕੰਮ ਕਰ ਲਓ, ਮੈਂ ਵੀ ਕੰਮ ਕਰ ਲਾਂ। ਕੋਈ ਨੀ ਮੈਂ ਕਰਵਾ ਦਿੰਦਾ ਕੰਮ। ਨਹੀਂ ਮੈਂ ਕੰਮ ਖੁਦ ਕਰ ਲੂੰਗੀ। ਕੋਈ ਨੀ ਮੈਂ ਹੈਲਪ ਕਰਵਾ ਦਿੰਦਾ। ਨਹੀਂ ਨਹੀਂ ਮੈਂ ਕਰ ਲੂੰਗੀ, ਤੁਸੀਂ ਜਾਓ। ਅੱਛਾ ਚਲ ਕੋਈ ਨੀ, ਇੱਧਰ ਵੀ ਧਿਆਨ ਰੱਖਿਆ ਕਰੋ। मैं ता दीदी वर्गा सूट पाके गलती कर ली। की कर रहे हो दीदी? कुछ नहीं, मैं ता फोन जा देख रही थी। आजा बैठ जा। आ लो ना फ्रूट्स खा लो, जीजू लेके आए सी। ओहो तू भी ना अपने जीजू वर्गी आ, उन्होंने इन्ने फ्रूट लेके रखे पे आ, मेरा तो मन अक गया, मैं नहीं खाने हैगे, ले जा। ओ खा लो, थोड़ा बीबी पता किन्ने क्यूट होगा, जिन्ना ही खाओगे पता काला कुला जा होगा, खा लो। चलो कोई ना, जे तू कहनी है तो मैं खा लूंगी। हाँ जी। ते तू रोटी खा ली सी? हाँ मैं खा ली रोटी। ते तेरे जीजू खा गए रोटी? हाँ वो भी खा गए सी रोटी। चल कोई गल नहीं, जे तेनू किसी चीज की लोड़ हुई ना तो तू जीजू नूं कहनी, ओह लिया देंगे। ठीक है? हाँ जी हाँ जी, मैं कह दूंगी। थोनू कुछ और चाहिए पानी? नहीं नहीं मैनू कुछ नहीं चाहिए हैगा, ते जे कोई भी गल होंदी ना मेरे नाल शेयर कर लिया कर। ठीक है? हाँ जी। चलो हुण तुसीं रेस्ट कर लो, मैं कम कर ला। ओहो सारा दिन कम कम करदी रहा कर, कदे मेरे कोल भी बैठ जा कर आके। ਤੇ ਹੁਣ ਤੁਹਾਨੂੰ ਮੈਂ ਧਿਆਨ ਰੱਖਣ ਵਾਸਤੇ ਹੁਣ ਕੰਮ ਵੀ ਕਰਨਾ ਜ਼ਰੂਰੀ ਆ। ਉਹ ਕੋਈ ਨਾ ਆਰਾਮ ਨਾਲ ਕਰ ਲਿਆ ਕਰ, ਸਾਰਾ ਦਿਨ ਤਾਂ ਪਿਆ ਹੁੰਦਾ ਤੇਰੇ ਕੋਲ ਕੰਮ ਕਰਨ ਨੂੰ। ਹਾਂ ਉਹ ਤਾਂ ਠੀਕ ਹੈ, ਫਿਰ ਮੈਂ ਕਿਹਾ ਕੰਮ ਕਰਕੇ ਵਿਹਲੀ ਹੋ ਕੇ ਬੈਠ ਜਾ ਕਰਾਂ ਨਾ ਤਾਂ ਕਰਕੇ। ਚੱਲ ਠੀਕ ਆ, ਜਾ ਕਰ ਲਾ ਕੰਮ। ਹਾਂਜੀ ਚਲੋ ਤੁਸੀਂ ਰੈਸਟ ਕਰ ਲਓ, ਖਾ ਲਿਓ ਨਾਲੇ। ਹਾਂ ਕੋਈ ਦਿੱਕ ਕਰੀ ਜਾਂਦੇ ਸੀ? ਕੁਛ ਨਹੀਂ ਮੈਂ ਤਾਂ ਬਾਲ ਜਵਾ ਘਿੜ ਸੀ, ਮੈਂ ਤਾਂ ਜੜਾਂ ਦੁਖਣ ਲੱਗ ਗਈ ਆ। अच्छा मैनू कह देना सी, मैं कर दिंदी। नहीं नहीं कोई ना। हाँ ओ मैं ना एक गल करनी सीगी। मैनू ना फोन आया सीगा कॉलेज तो, ते मतलब मैडम ना कहंदियां वी मतलब कि पेपरां तो पहला प्रैक्टिकल हुंदे आ ना वी ओह देने जरूरी आ, मैनू ना जाना पऊगा। देख लो फिर, नहीं ते जे सरदागा। जे सरदा हुंदा ना मैं सार वी लेना सी, मैनू वी पता किन्ना टाइम औखा चल रिहा ना, फिर उहने फाइनल आंगे फिर जाना ही पऊगा मैनू। अच्छा ओह वी गल तेरी सही आ, जाना तो जरूरी हैगा। हाँ जी। सारा साल खराब हो जाऊगा। चल कोई ना फिर तू आ जी वापस। हाँ मैं वापस आ जाना, बस तीन चार दिन की गल है, फिर मुड़ के मैं आ ही जाना है। ठीक है चल कोई ना, मैं मम्मी ने फोन कर दिनी गेरा।
चल संभरन का कम तो निबड़ गया, कली जानी रह गई मैं भी चल कमां दा। ओहो हुण किहदा आ गया? अच्छा मेरी धी का फोन है। हैलो हाँ पुत किवें आ मेरी धी? सत श्री अकाल पुत, किवें ढिल्ली जी बोलदी है? अच्छा होर दस पुत, फोन किवें करिया सी? पिंडों नू कहिंदी है ना? पिंड पिंडों दा हजे की काम हैगा? 8 दिन गई नू होए ने, एड छेती पिंड वल आउंदी आ। ओ कॉलेज च काम है भाई, ले दस इहनू आ, मेरी गल करा उहदे नाल। कॉलेज च काम है नाले होर, आप दी मरी जांदी हुंदी आ। हैलो हाँ पुत, प्रनीत सत श्री अकाल पुत, की गल है? ओ पुत तो तेरी गल मैं मानदी हाँ, जे आप रैटी परूटी गला बिना जे सरदा देखा जाए तो सार लैती गए, तो कुड़ी का भी बहुत औखा हो जाऊगा तेरी भैन का। डॉक्टर ने परहेज कराया जदों, आप तो कम नहीं करा सकते, मैं तेन ता कहती थी। अच्छा अच्छा चलो तो चलो तेरी मर्जी है धीए, चंगा चल आ जा फिर कोई गल नहीं। ठीक है चंगा पुत चंगा। मैं दस मेरी धीनू काम का तो सची एक दिन चीनेरी आ जूगी, जब डॉक्टर ने मना किया गा कि बाबा गुरु होर डर लगता, सब कुछ दुख तकलीफ बढ़ जाती है। चल भाई ये कहने पढ़ाई भी जरूरी है, चल बना। यार मैं तेन आता गया है बहाने, चल प्रैक्टिकल का बहाना तेन लाता है ना, चल पर नहीं पता भी मैं मिलना है तेन है। शक नी होना। हाँ तू बहाना ला दी, पर क्योंकि बहाने नाल आपां मिल भी सकदे आ घरे, हुण तैनूं पता है ना, समझदार है बाकी तू, बाकी कोई चक्कर नहीं आपां चलिए हुण। हाँ चलदे आं। चलो आ जाओ। मैनूं इश्क लगा मेरे माहे दा है, रंग है इश्क इलाही दा, जदों सोहणे माहे दा, जदों सोहणे माहे दा दीदार मुच्छी रब्बा, मैनू प्यार हो गया, हाय प्यार हो गया, बेशुमार हो गया। तुसी आ भी गए ते परनीत तू भी? ਉਹ ਦੀਦੀ ਮੈਂ ਨਾ ਆਪਣੇ ਕਾਲਜ ਦੇ ਵਿੱਚ ਜਿਹੜਾ ਵੀ ਮੇਰਾ ਕੰਮ ਸੀ ਇੱਕ ਦਿਨ 'ਚ ਨਿਬੇੜ ਕੇ ਆ ਗਈ, ਅਤੇ ਮੇਰੀ ਨਾ ਪ੍ਰੈਕਟੀਕਲ ਤਾਂ ਮੇਰੀ ਸਹੇਲੀ ਨੇ ਬਣਾਤੀਆਂ ਸੀਗੀਆਂ, ਅਤੇ ਉਹਨੂੰ ਪਤਾ ਸੀ ਨਾ ਵੀ ਤੁਸੀਂ ਪ੍ਰੈਗਨੈਂਟ ਹੋ, ਫਿਰ ਉਹ ਮੈਨੂੰ ਕਹਿੰਦੀ ਵੀ ਮੈਂ ਬਣਾਤੀਆਂ, ਅਤੇ ਮੈਂ ਉਹਨੂੰ ਸਬਮਿਟ ਕਰਵਾਤੀਆਂ, ਮੈਨੂੰ ਕਹਿੰਦੀ ਤੂੰ ਆਪਣੀ ਦੀਦੀ ਕੋਲ ਵਾਪਸ ਚੱਲ ਜਾਏ, ਫਿਰ ਉਹਨਾਂ ਦਾ ਧਿਆਨ ਰੱਖ ਲਿਆ। ਹਾਂ ਫਿਰ ਪਿੱਛੇ ਧਿਆਨ ਰੱਖਣ ਵਾਲਾ ਹੈ ਨਹੀਂ ਸੀ ਨਾ ਕੋਈ, ਤਾਂ ਕਰਕੇ ਮੈਂ ਵਾਪਸੀ ਲੈ ਆਇਆ। ਅੱਛਾ ਚੱਲ ਕੋਈ ਨਾ, ਇਹ ਤਾਂ ਵਧੀਆ ਹੋਇਆ ਤੇਰੇ ਫਰੈਂਡ ਵਧੀਆ ਹੈਗੀ ਹੈ ਨਾ, ਨਹੀਂ ਅੱਜ ਕੱਲ੍ਹ ਕੌਣ ਕਿਸ ਦਾ ਭਲਾ ਸੋਚਦਾ ਹੈਗਾ। ਚੱਲ ਮੈਂ ਤਾਂ ਨਾਲ ਵਾਲੀ ਗੁਆਂਢਣ ਤੋਂ ਰੋਟੀ ਬਣਵਾ ਲਈ ਸੀਗੀ, ਤੁਸੀਂ ਐਂ ਕਰੋ ਕੱਪੜੇ ਵਗੈਰਾ ਚੇਂਜ ਕਰਕੇ ਰੋਟੀ ਖਾ ਲਓ। ਚੱਲ ਠੀਕ ਹੈ ਵੀਰੇ। ਹਾਂ ਯਾਰ ਮੇਰਾ ਦਿਲ ਨਾ ਘਬਰਾ ਰਿਹਾ, ਅਜੀਬ ਜਿਹਾ ਲੱਗੀ ਜਾਂਦਾ ਜਿਵੇਂ ਕੁਛ ਗਲਤ ਹੋਊਗਾ, ਇੱਕਦਮ ਵਾਪਸ ਆਉਣਾ ਲੱਗਦਾ, ਮੈਂ ਜ਼ਿਆਦਾ ਸੋਚੀ ਜਾਂਦੀ ਹਾਂ। ਚੱਲ ਮੈਂ ਰੋਟੀ ਦਵਾਂ ਇਹਨਾਂ ਨੂੰ। ਏ ਜਾਦਾ ਘਰ ਪੱਟਿਆ ਗਿਆ।
तुहानू कुछ पता नहीं गल दा कुछ भी नहीं पता माफड़ा तेन मैं दिखा आ देखा किमें सारी साहबा झाड़ू मार लिया कौन झाड़ू झूड़ू आप कटवा मैं मार दिना मैं करा दिना हेल्प एडी की गल है सोनू मेरे होंगे करने की लोड है मैं है जो और तेरी दीदी कर रही है दीदी कौन दसूगा दीदी पता लगता है फिर भी थोड़ा बहुत सोच लो बेबी होने वाला है कोई गल नी बेबी होने वाला है फिर की हो गया पसंद तो तू मेरी सीगी दीदी नाल तां ही ब्याह हो गया मेरा मैं तो तैनू ही पसंद करदा सीगा पहला पसंद मैं भी करदी हां पर जे दीदी नूं पता चल गया ना फिर सारा कुछ खराब हो जाएगा सच्ची यार तुसीं मैनूं पसंद करदे हो मैनूं तां पता ही नहीं सीगा फिर तां गल बनी पई है पर दीदी नूं कोई नहीं शो करूगा हुण अपने तों अलावा नाले ओह तां सुत्ती पई है उहनूं किहड़ा पता लगण लग रहेगा घरे है भी नहीं कोई ओह वी गल है की और तुसी छोड़ दो कम कम च की रखे मनी ओ ता दीदी मेरे हाथ ना हला गया सीगा चलो ओहो मैं तो पानी नु कदों दी वजह मारी आनी है मैं ना सिर्फ थोनू सुनता नहीं होना मैं हार के आप लेना कुछ नहीं सिर तो कम कर रही सी मैं इदे लग गया सी हाथ च कुछ मैं ता करके ओ कट रहा सीगा चल कोई ना मैं कहंदी सी मैनु दवाई दे दंदे तुसी केड़ी देनी है हां चलो सिर तो आ जाओ यार तैनू भी पता है पर नहीं तो मैं तेरे बिना हुन नहीं रह सकदा यार यार रात मैं भी नहीं सकदी यार तू तो हैगी तो मेरी भैन है तो तू तो हैगी फिर जवाक होने वाला ओद जो कुछ तीसरी कुड़ी होंगी ना मैं उन्होंने कद अपने ना ले जाना सी हूँ की कर सकते आप चल तू दी टेंशन ना लै जे जवाक होने वाला कोई ना उन्होंने राचो तो किमें ना किमें करके हटाना पूना हूँ राचो हटाना पूगा मतलब कोई नहीं तू तो मेरे ते छड़ दे भी किमें हटाना है तो जिमें मैं तेन कही जाऊँगा तू उमें उमें करी चली कोई चक्कर नहीं है क्योंकि यार मैं तेन प्यार करता है ना तेन धोखा नहीं दे सकता छड नहीं सकता यार मैं सच्ची कहना है मैं तेरे बिना मर जू यार सच्ची सच्ची मैं तो प्यार हो गया यार तेरे नाल मतलब तू आप संभाल ला हूँ छे महीने किन करके कुछ कर दिया आवाज कदी आई मनी एडा वड्डा धोखा मेरे नाल हुण तक तो मैं उन्हें शक ही सी पर ये शक मेरा यकीन च बदलता मैनू मारन दी प्लानिंगां करी जांदा रब्बा आ दिन देखने तो पहले मैं मर क्यों ना गई
जे तुसी दोनों एक दूजे नाल खुश हो ना तो खुश रहो, मैं आप ही अपने आप नूं खत्म कर लूं। शर्म कर ला तू अपनी घर जाता बनती की है सारी उम्र याद रखोगे। वीरा कहण दा हक तू खो चुकी है, मैनू अज तो बाद वीरा ना कह दी। ओ छर कर ले वा ओ कंजरे तू अपना घरा पी जाड़ लिया, तेनु मरी मोटी ने शर्मा नी चाहिदी वी। इना हुंदा मैच कम खाने का पता लगे ਵਧੀਆ ਲੱਗੀ ਹੋਊਗੀ। ਅਤੇ ਕਮੈਂਟ ਬੋਲਣ ਲੱਗਿਆ ਬਾਈ ਜਿਨ੍ਹਾਂ ਨੇ ਪਿਛਲੀ ਵੀਡੀਓ 'ਤੇ ਕਰੇ ਸੀਗੇ ਪਹਿਲੇ 10 ਕਮੈਂਟ, ਪਹਿਲਾ ਕਮੈਂਟ ਆਇਆ ਸੀਗਾ ਮੀਤ ਵਿਰਕ ਦਾ, ਦੂਜਾ ਆਇਆ ਸੀਗਾ ਗਾਗਾ ਯੂਟਿਊਬਰ, ਤੀਜਾ ਬਲਜਿੰਦਰ ਸਿੰਘ, ਚੌਥਾ ਜੋਤੀ, ਪੰਜਵਾਂ ਹਰਮਨ ਧਾਲੀਵਾਲ, ਅਤੇ ਛੇਵਾਂ ਅਵਤਾਰ ਸਿੰਘ, ਸੱਤਵਾਂ ਰਾਜੂ ਸਿੰਘ, ਅਤੇ ਅੱਠਵਾਂ ਮਨਪ੍ਰੀਤ ਕੌਰ, ਨੌਵਾਂ ਮਹਿਕਦੀਪ ਸਿੰਘ, ਅਤੇ ਦਸਵਾਂ ਕੋਮਲ। ਥੈਂਕ ਯੂ ਬਾਈ ਪਹਿਲੇ 10 ਕਮੈਂਟ ਕਰਨ ਵਾਲਿਆਂ ਦਾ। तो मिलते हैं अगली वीडियो के नाल, तो सानू कमेंटा विच दस्सा करो कि एक्टिंग सब तो ज़्यादा वधिया लगती है तुहानू, तो बई घेंट घेंट कंसैप्ट थोड़े तक लैके आवांगे। उदों तक सपोर्ट बनाई रखो, तो घेंट घेंट वीडियो देखने लई चैनल नू कर लो सबसक्राइब।